ਪਾਸੀ ਦੇ ਵਿੱਚ ਨਾ ਸਾਰਾ ਮੈਂ ਬਣਾਇਆ ਵਾ ਤੇ ਹੁਣ ਜੀ ਅੱਜ ਤਾਂ ਨਾ ਸੂਬਾ ਕੱਢਦਾ ਤਾਂ ਨਾ ਸਾਰੇ ਪਾਸੇ ਨਾ ਦਰਵਾਜ਼ੇ ਤੇ ਬੂਹੀਆਂ ਹੈਗੇ ਨਾ ਕੰਬਲ ਇਹ ਨਾ ਉਹ ਵਿੰਡੋ ਦੇ ਵਿੱਚ ਮੈਂ ਦਵਾਂਗੀ ਜਿਹੜਾ ਪਾਣੀ ਹੈ ਨਾ ਉਹ ਅੰਦਰ ਨੂੰ ਆ ਜਾਂਦਾ ਬਾਰਿਸ਼ ਦਾ ਉੱਪਰ ਨਾ ਸਾਡੀ ਸਲਾਹ ਸੀ ਕਿ ਅਸੀਂ ਨਾ ਅੱਜ ਉੱਪਰ ਨਾ ਸਾਰੀ ਸਫਾਈ ਕਰਾਂਗੇ ਇਹਨਾਂ ਦੇ ਵਿੱਚ ਨਾ ਉਹਨਾਂ ਨੇ ਛੱਤ ਦੇ ਵਿੱਚ ਨਾ ਉਹਨਾਂ ਰੰਗ ਵਾਲੇ ਭਾਈ ਨੇ ਨਾ ਡਿਜ਼ਾਇਨ ਲਗਾਉਣੇ ਸੀਗੇ ਹਲੇ ਕੇ ਨਾ ਉਹਨਾਂ ਨੇ ਕਿਹਾ ਪਹਿਲੇ ਸਾਰਾ ਕੰਮ ਕਰਕੇ ਨਾ ਐਂਡ 'ਤੇ ਅਸੀਂ ਪਾਵਾਂਗੇ ਸਾਡਾ ਨਾ ਸਾਰਾ ਸਮਾਨ ਬਾਹਰ ਹੀ ਖਿਲ ਰਿਹਾ ਵਾ ਆਹ ਦੇਖੋ ਬਾਹਰ ਦਾ ਹਾਲ ਕੀ ਹੋਇਆ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨਾ ਖੁੱਲ ਰਹੀਆਂ ਵਾ ਅਤੇ ਹੁਣ ਅਸੀਂ ਕਿਹਾ ਵੀ ਅਸੀਂ ਨਾ ਨੀਚੇ ਆਹ ਫਰਸ਼ਾਂ ਫੁਰਸ਼ਾਂ ਦੀ ਨਾ ਸਫਾਈਆਂ ਕਰਕੇ ਨਾ ਸਮਾਨ ਨਾਲ ਅੰਦਰ ਰੱਖ ਲੈਂਦੇ ਅਤੇ ਫਿਰ ਉਹ ਭਾਈ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਨਾ ਤਸੱਲੀ ਦੇ ਨਾਲ ਆਰਾਮ ਦੇ ਨਾਲ ਨਾ ਤੁਸੀਂ ਛੱਤਾਂ ਦੇ ਵਿੱਚ ਜਿਹੜੇ ਡਿਜ਼ਾਇਨ ਪਾਉਣੇ ਆ ਨਾ ਉਹ ਕਹਿੰਦੇ ਸੀ ਵੀ ਉਹ ਛੋਟਾ ਜਿਹਾ ਬੁਰਸ਼ ਹੁੰਦਾ ਵਾ ਉਹਦੇ ਨਾਲ ਨਾ ਇੰਨਾ ਖਿਲਾਰਾ ਨਹੀਂ ਪੈਣਾ ਅਤੇ ਕਹਿੰਦੇ ਸੀ ਉਹਦੇ ਨਾਲ ਨਾ ਅਸੀਂ ਫਿਰ ਕਰ ਲਵਾਂਗੇ ਅਤੇ ਅੰਦਰ ਰੱਖ ਲਉਂਗੀ ਉਹਨਾਂ ਵੀ ਇਹ ਛੱਤ ਹੋ ਜਾਵੇ ਬਾਰਿਸ਼ ਨਾ ਬਾਹਰ ਇੰਨੀ ਤੇਜ਼ ਬਾਰਿਸ਼ ਹੈ ਨਾ ਆਹ ਦੇਖੋ ਪਾਣੀ ਨਾ ਅੰਦਰ ਦਰਵਾਜ਼ੇ ਦੇ ਉੱਪਰ ਨਾ ਅੰਦਰ ਆ ਗਿਆ ਅਤੇ ਇਹ ਨਾ ਵੈਪਰ ਮੈਂ ਕੋਲ ਰੱਖਿਆ ਅਤੇ ਇਹਦੇ ਨਾਲ ਨਾ ਪਾਣੀ ਜਿਹੜਾ ਵਾ ਨਾ ਇਸ ਤਰ੍ਹਾਂ ਮੈਂ ਖੜ੍ਹੀ ਹਾਂ ਇੱਥੇ ਕਿਉਂ ਇਹ ਹਵਾ ਦਾ ਰੁੱਖ ਉਰੇ ਨੂੰ ਹੋਵੇ ਨਾ ਅਤੇ ਫਿਰ ਪਾਣੀ ਸਾਰਾ ਅੰਦਰ ਨੂੰ ਆ ਜਾਂਦਾ ਇਹ ਬੜੀ ਟੈਨਸ਼ਨ ਬਣੀ ਹੋਈ ਆ ਸਾਡੇ ਵਾਸਤੇ ਅਤੇ ਚੂਜ਼ੇ ਜਿਹੜੇ ਆ ਨਾ ਉਹ ਮੈਂ ਇੱਥੇ ਰੱਖੇ ਅਤੇ ਬਾਕੀ ਨਾ ਆਹ ਜਿਹੜਾ ਕੂਲਰ ਆ ਵਾਸ਼ਿੰਗ ਮਸ਼ੀਨ ਅਤੇ ਆਹ ਜਿਹੜੀ ਸੁਕਾਉਣ ਵਾਲੀ ਮਸ਼ੀਨ ਆ ਇਹ ਨਾ ਮੈਂ ਇੱਥੇ ਦੂਸਰਾ ਰੱਖ ਦਿੱਤੇ ਆ ਅਤੇ ਮੈਂ ਨਾ ਦੂਸਰਾ ਆਈ ਸੀਗੀ ਉੱਪਰ ਮੈਂ ਕਿਹਾ ਉੱਪਰ ਵੀ ਨਾ ਸਫਾਈ ਕਰ ਲੈਂਦੇ ਹਾਂ ਅਤੇ ਨਾ ਬਾਅਦ ਦੇ ਵਿੱਚ ਨਾ ਜਿਹੜਾ ਸਮਾਨ ਆ ਉਹ ਸਹੀ ਜੋੜ ਲੈਂਦੇ ਹਾਂ ਉਹ ਨਾ ਮੈਂ ਹਜੇ ਉੱਪਰ ਆਈ ਹਾਂ ਅਚਾਨਕ ਬਾਰਿਸ਼ ਹੋ ਗਈ ਆ ਅਤੇ ਇਹ ਜਿਹੜਾ ਪਾਣੀ ਆ ਨਾ ਇਹ ਵੀ ਪਹਿਲੇ ਦੂਸਰਾ ਬਾਹਰ ਨੂੰ ਕੱਢ ਲਾ ਸਾਡੇ ਕੋਲ ਕਿੱਥੇ ਤਿੱਕਰ ਪਾਣੀ ਆ ਗਿਆ ਚੈੱਕ ਕਰੋ ਅਤੇ ਮੈਂ ਨਾ ਬਾਹਰ ਤੁਹਾਨੂੰ ਦਿਖਾਉਂਦੀ ਹਾਂ ਬਾਹਰ ਕਿੰਨੀ ਤੇਜ਼ ਨਾ ਬਾਰਿਸ਼ ਹੋ ਰਹੀ ਆ ਹਾਂ ਦੇਖੋ ਬਾਰਿਸ਼ ਬੜੀ ਤੇਜ਼ ਹੋ ਰਹੀ ਆ ਮੋਬਾਈਲ ਹੀ ਨਾ ਗਿੱਲਾ ਹੋ ਜਾਵੇ ਅਤੇ ਇੱਧਰਲਾ ਦਰਵਾਜ਼ਾ ਜਿਹੜਾ ਵਾ ਨਾ ਉਹ ਵੀ ਬੰਦ ਕਰਤਾ ਬਹੁਤ ਹੀ ਬਾਰਿਸ਼ ਹੋ ਰਹੀ ਹੈ ਉਹ ਨਾ ਮੈਂ ਤੰਦੂਰ ਦੇ ਉੱਪਰ ਰੱਖਿਆ ਸੀ ਅਤੇ ਉਹ ਹਵਾ ਦੇ ਨਾਲ ਨਾ ਥੱਲੇ ਨੂੰ ਆ ਗਿਆ ਤੰਦੂਰ ਵੀ ਗਿੱਲਾ ਹੋ ਗਿਆ ਅਤੇ ਕੁਛ ਸਮਾਨ ਤਾਂ ਮੈਂ ਅੰਦਰ ਵੈਸੇ ਹੀ ਰੱਖ ਦਿੱਤਾ ਇੱਦਾਂ ਹੀ ਅਤੇ ਕੁਛ ਨਾ ਬਾਹਰ ਅਸਲਾਮ ਵਾਲੇਕੁਮ
ਅਸਲਾਮ ਅਲੈਕੁਮ, ਮੈਂ ਹਾਂ ਤੁਹਾਡੀ ਭੈਣ ਪੰਜਾਬੀ ਪਠਾਣੀ। ਤੁਸੀਂ ਦੇਖ ਰਹੇ ਮੇਰੇ ਯੂਟਿਊਬ ਚੈਨਲ। ਅੱਲਾਹ ਪਾਕ ਮੈਨੂੰ ਖੁਸ਼ ਰੱਖੇ, ਆਬਾਦ ਰੱਖੇ। ਇਸੇ ਤੋਂ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ ਜੀ। ਮਾਸ਼ਾਅੱਲਾ, ਸੁਬਹਾ ਸੁਬਹਾ ਦਾ ਟਾਈਮ ਆ, ਨਾਸ਼ਤਾ ਤਿਆਰ ਕਰਨ ਲੱਗੀ ਹਾਂ ਅਤੇ ਕੁਛ ਰੋਟੀਆਂ ਨਾ ਮੈਂ ਬਣਾ ਲਈ ਹਾਂ ਅਤੇ ਕੁਛ ਨਾ ਮੈਂ ਜੇ ਰਹਿੰਦੀ ਹਾਂ ਅਤੇ ਜਿਹਨੇ ਜਿਹਨੇ ਸਾਡੇ ਨਾਲ ਨਾਸ਼ਤਾ ਕਰਨਾ ਵਾ ਆਣ ਕੇ ਸਾਡੇ ਨਾਲ ਨਾਸ਼ਤਾ ਕਰ ਸਕਦੇ ਆ। ਨਾਸ਼ਤਾ ਸੁਬਹਾ ਸੁਬਹਾ ਤਿਆਰ ਕਰਨ ਲੱਗੀ ਹਾਂ ਮੈਂ, ਕਿਹਾ ਫਿਰ ਨਾ ਕੰਮ ਕਾਫੀ ਸਾਰੇ ਹੈਗੇ ਆ, ਉਹ ਵੀ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਾਂਗੀ ਅਤੇ ਮੈਂ ਪਹਿਲੇ ਨਾਲ ਨਾਸ਼ਤਾ ਵਾ ਅਤੇ ਬਬਲੀ ਜਿਹੜੀ ਆ ਨਾ ਉਹਨੂੰ ਅਸੀਂ ਦੁੱਧ ਮੈਂ ਪਿਲਾ ਦਿੱਤਾ। ਬਬਲੀ ਨੂੰ ਪਹਿਲੇ ਦੁੱਧ ਪਿਲਾਇਆ ਅਤੇ ਉਹ ਮੈਂ ਜਿੱਦਾਂ ਹੀ ਉੱਠੀ ਆ ਨਾ ਅਤੇ ਇਹ ਨਾ ਬੋਲਣ ਸ਼ੁਰੂ ਹੋ ਗਈ ਆ, ਕਹਿੰਦੀ ਸੀ ਮੈਨੂੰ ਦੁੱਧ ਦੇ ਅਤੇ ਉਹਨੂੰ ਦੁੱਧ ਪਿਲਾ ਦਿੱਤਾ। ਹੁਣ ਬਿਲਾਲ ਦਾ ਪਾਪਾ ਉੱਠੇਗਾ ਨਾ ਅਤੇ ਫਿਰ ਉਹਨੂੰ ਲੈ ਕੇ ਜਾਏਗਾ ਸੈਰ ਕਰਨ। ਇਹ ਸੁਬਹਾ ਸੁਬਹਾ ਸੈਰ ਵੀ ਕਰਦੀ ਆ, ਉੱਦਾਂ ਨਹੀਂ ਹੈਗੀ, ਦੁੱਧ ਪੀ ਕੇ ਉਸ ਤੋਂ ਬਾਅਦ ਸੈਰ ਕਰਕੇ ਫਿਰ ਚੁੱਪ ਕਰਕੇ ਬਹਿੰਦੀ ਆ, ਉੱਦਾਂ ਨਹੀਂ ਬਹਿੰਦੀ। ਮਾਸ਼ਾਅੱਲਾ, ਨਾਸ਼ਤਾ ਅਸੀਂ ਸਾਰਿਆਂ ਨੇ ਕਰ ਲਿਆ ਵਾ ਅਤੇ ਰਿਹਾਨ ਰਹਿੰਦਾ ਵਾ ਅਤੇ ਬਿਲਾਲ ਦਾ ਪਾਪਾ ਰਹਿੰਦਾ ਵਾ ਅਤੇ ਇਹਨਾਂ ਸੀੜੀਆਂ ਜਿਹੜੀਆਂ ਮੈਂ ਕਿਹਾ ਇਹ ਸਾਫ਼ ਕਰ ਲਵਾਂ ਅਤੇ ਇਹਨਾਂ ਰੰਗ ਜਿਹੜਾ ਮੈਂ ਆਹ ਗ੍ਰਿਲ ਨੂੰ ਲੱਗਾ ਵਾ। ਮਾਸ਼ਾਅੱਲਾ, ਸੀੜੀਆਂ ਦੇ ਉੱਪਰ ਨਾ ਜਿਹੜੀ ਗ੍ਰਿਲ ਸੀ ਨਾ ਉਹ ਮੈਂ ਸਾਫ਼ ਕਰ ਲਈ ਹੈ, ਜਿਹੜਾ ਮੋਟਾ ਮੋਟਾ ਰੰਗ ਸੀ ਨਾ ਉਹ ਮੈਂ ਲਾ ਤਾ। ਬਾਕੀ ਨਾ ਮੈਂ ਕਿਹਾ ਗਿੱਲੇ ਕੱਪੜੇ ਦੇ ਨਾਲ ਨਾ ਦੂਸਰਾ ਬਾਅਦ ਹੀ ਲਾਵਾਂਗੇ ਅਤੇ ਪਹਿਲੇ ਨਾ ਮੈਂ ਕਿਹਾ ਇਹ ਕਮਰਾ ਜਿਹੜਾ ਵਾ ਨਾ ਇਸੇ ਕਮਰੇ ਦੀ ਨਾ ਸਫਾਈ ਕਰੀਏ। ਵਿਹੜਾ ਜਿਹੜਾ ਵਾ ਨਾ ਉਹ ਵੀ ਕਾਫੀ ਕਿੰਨੇ ਦਿਨ ਹੋ ਗਏ ਗੰਦਾ ਹੋਇਆ ਵਾ, ਮੇਰਾ ਤਾਂ ਨਾ ਦਿਲ ਨੂੰ ਕੁਛ ਹੁੰਦਾ ਵਾ। ਅਤੇ ਕਮਰਾ ਚੈੱਕ ਕਰੋ, ਮਾਸ਼ਾਅੱਲਾ ਇੰਨਾ ਪਿਆਰਾ ਕਲਰ ਹੋਇਆ ਇਹਨਾਂ ਦੇ ਵਿੱਚ। ਛੱਤ ਦੇ ਵਿੱਚ ਨਾ ਹਜੇ ਉਹਨਾਂ ਨੇ ਡਿਜ਼ਾਇਨ ਭਰਨੇ ਆ ਅਤੇ ਮੈਂ ਕਿਹਾ ਸਮਾਨ ਸਾਰਾ ਇੱਧਰ ਉੱਧਰ ਨਾ ਰੁਲਣ ਡਿਆ ਵਾ ਅਤੇ ਸਮਾਨ ਜਿਹੜਾ ਨਾ ਉਹ ਅਸੀਂ ਦੂਸਰਾ ਸੰਭਾਲੀਏ। ਆਹ ਜਿਹੜੇ ਫੱਟੇ ਆ ਨਾ ਇਹ ਵੀ ਬਾਰਿਸ਼ ਦੇ ਨਾਲ ਨਾ ਗਿੱਲੇ ਹੋ ਗਏ ਸੀਗੇ ਅਤੇ ਅੱਲਾ ਕਰੇ ਸੁੱਕ ਜਾਵੇ, ਸਹੀ ਨਿਕਲੇ, ਦੂਸਰਾ ਖਰਾਬ ਨਾ ਹੋ ਜਾਵੇ, ਕਿਉਂ ਇਹ ਗੱਤਾ ਹੁੰਦਾ ਵਾ ਇਹ ਖਰਾਬ ਹੋ ਜਾਂਦਾ। ਅਤੇ ਉੱਧਰ ਵੀ ਬੈੱਡ ਜਿਹੜਾ ਵਾ ਨਾ ਇਹ ਬੈੱਡ ਵੀ ਇੱਥੋਂ ਨਾ ਇਸ ਤਰ੍ਹਾਂ ਹੋ ਗਿਆ ਵਾ, ਦੇਖੋ ਸਾਰੀ ਗੇ ਬੈੱਡ ਗਿੱਲਾ ਹੋ ਗਿਆ ਸੀ। ਅਤੇ ਬਸ ਸਾਨੂੰ ਨਹੀਂ ਸੀ ਪਤਾ ਬਾਰਿਸ਼ਾਂ ਦੂਸਰਾ ਹੋਣੀਆਂ, ਜੇ ਪਤਾ ਹੁੰਦਾ ਫਿਰ ਅਸੀਂ ਰੰਗ ਦਾ ਕੰਮ ਬਿਲਕੁਲ ਹੀ ਨਹੀਂ ਸੀ ਛੇੜਨਾ। ਅਤੇ ਗੱਦਾ ਸਾਡਾ ਨਾ ਉਹ ਵੀ ਗਿੱਲਾ ਹੋ ਗਿਆ ਵਾ, ਇਹ ਨਾ ਹੁਣ ਬਾਹਰ ਕੱਢਾਂਗੇ ਸਾਰਾ ਸਮਾਨ ਅਤੇ ਬਿਸਤਰੇ ਜਿਹੜੇ ਆ ਨਾ ਉਹ ਵੀ ਚੱਕਾਂਗੇ ਸਾਰਾ ਸਮਾਨ ਕੱਢ ਕੇ ਨਾ, ਅਤੇ ਉਸ ਤੋਂ ਬਾਅਦ ਫਿਰ ਇਹ ਕੰਮ ਸ਼ੁਰੂ ਕਰਾਂਗੇ। ਸਾਡਾ ਤਾਂ ਬੈੱਡ ਜਿਹੜਾ ਵਾ ਨਾ ਉਹਦਾ ਬੜਾ ਨੁਕਸਾਨ ਹੋ ਗਿਆ, ਬਾਰਿਸ਼ ਰੁਕਣ ਦਾ ਨਾਮ ਨਹੀਂ ਲੈਂਦੀ, ਕੀ ਕਰ ਜਾਂਦਾ। ਸਾਰੇ
ਸਾਰੇ ਪਾਸੇ ਨਾ ਦਰਵਾਜ਼ੇ ਤੇ ਬੂਝਿਆਂ ਤੇ ਨਾ ਕੱਪੜਾ ਸਾਰਾ ਮਾਰਤਾ ਹੁਣ ਨਾ ਇਹ ਜਿਹੜਾ ਸਮਾਨ ਹੈ ਨਾ ਇਹਨੂੰ ਸਾਫ਼ ਕਰਾਂਗੇ ਅਤੇ ਨਾਲ ਨਾ ਉਹਨੂੰ ਕਹਿੰਦੀ ਆ ਫਰੈਸ਼ ਜਿਹੜਾ ਨਾ ਉਹ ਧੋਣਗੇ ਜੀ ਇਹ ਨਾ ਪਹਿਲੇ ਇਸੇ ਤਰ੍ਹਾਂ ਧੋਵਾਂਗੇ ਅਤੇ ਉਸ ਤੋਂ ਬਾਅਦ ਨਾ ਥੋੜ੍ਹਾ ਸਰਫ ਪਾ ਕੇ ਨਾ ਜਾਂ ਚਮਚ ਪਾ ਕੇ ਫਿਰ ਧੋਵਾਂਗੇ ਪਹਿਲੇ ਮੈਂ ਮੋਟਾ ਮੋਟਾ ਇੱਦਾਂ ਹੀ ਧੋ ਲਿਆ ਅਤੇ ਹੁਣ ਨਾ ਸਰਫ ਪਾ ਕੇ ਨਾ ਧੋਵਾਂਗੀ ਤਾਂ ਕਿ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇ ਜੀ ਉੱਧਰ ਨਾ ਮੰਡੀ ਜਿਹੜੀ ਆ ਨਾ ਉਹਦੇ ਵਿੱਚ ਮੈਂ ਸਰਫ ਨਾ ਚੰਗੀ ਤਰ੍ਹਾਂ ਇਸ ਤਰ੍ਹਾਂ ਲਾ ਲਿਆ ਅਤੇ ਹੁਣ ਨਾ ਕਮਰੇ ਦੇ ਵਿੱਚ ਝਾੜੂ ਨਾਲ ਸਰਫ ਲਾਵਾਂਗੀ ਤਾਂ ਕਿ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇ ਪਹਿਲਾਂ ਕਦੇ ਬਾਰਿਸ਼ ਨਾ ਆਏ ਬਾਰਿਸ਼ ਨੇ ਬੜਾ ਕੰਮ ਖਰਾਬ ਕੀਤਾ ਸਾਡੇ ਦਰਵਾਜ਼ਿਆਂ ਦੇ ਕੰਧਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੱਕੜਾਂ ਜਿਹੜੀਆਂ ਨਾ ਥੋੜ੍ਹੀਆਂ ਜਿਹੀਆਂ ਸੀਗੀਆਂ ਚੁੱਕ ਕੇ ਨਾ ਇੱਧਰ ਜੋੜ ਦਿੱਤੀਆਂ ਜਿਹੜਾ ਆਹ ਹੈਗਾ ਵਾ ਇਹ ਸਾਰਾ ਹੈਗਾ ਕਬਾੜ ਅਤੇ ਆਹ ਜਿਹੜਾ ਬੜਾ ਟਾਇਰ ਆ ਨਾ ਇਹ ਟੈਰਸ ਦੇ ਵਿੱਚ ਮਿੱਟੀ ਸੀ ਰਾਤੀ ਨਾ ਅਸੀਂ ਇਹਦੇ ਵਿੱਚ ਨਾ ਸ਼ਾਮ ਟਾਈਮ ਮਿੱਟੀ ਸਾਰੀ ਕੱਢ ਕੇ ਨਾ ਬਾਹਰ ਸਿੱਟ ਦਿੱਤੀ ਇਹ ਨਾ ਸਾਰਾ ਕੁਛ ਇੱਥੇ ਇਕੱਠਾ ਕਰ ਲਿਆ ਜਦੋਂ ਕੋਈ ਆਏਗਾ ਨਾ ਫੇਰੇ ਵਾਲਾ ਇਹ ਵੇਚਾਂਗੇ ਅਤੇ ਮਾਸ਼ਾਅੱਲਾ ਸ਼ੁਕਰ ਆ ਥੋੜ੍ਹੀ ਨਾ ਧੁੱਪ ਨਿਕਲੀ ਆ ਅਤੇ ਆਹ ਜਿਹੜੇ ਦੋ ਚੀਜ਼ਾਂ ਵਾ ਨਾ ਇਹ ਜ਼ਿਆਦੀਆਂ ਗਿੱਲੀਆਂ ਸੀ ਇਹ ਮੈਂ ਧੁੱਪੇ ਰੱਖੀਆਂ ਵਾਂ ਅਤੇ ਉੱਧਰ ਮਸ਼ੀਨ ਲਈ ਆ ਸਾਰੇ ਕਾਫੀ ਸਾਰੇ ਕੱਪੜੇ ਇਕੱਠੇ ਹੋਏ ਆ ਕੱਪੜੇ ਤਾਂ ਮੇਰੀ ਬੇਟੀ ਧੋ ਰਹੀ ਆ ਅਤੇ ਮੈਂ ਨਾ ਦੂਸਰਾ ਕਿਹਾ ਚਲੋ ਆਹ ਜਿਹੜਾ ਵਾ ਨਾ ਸਫਾਈ ਜਿਹੜੀ ਆ ਨਾ ਉਹ ਸਾਰੀ ਮੈਂ ਕੀਤੀ ਆ ਮੈਂ ਕਿਹਾ ਜਿਹੜੀ ਮੈਂ ਸਫਾਈ ਕਰਾਂ ਨਾ ਦੂਸਰਿਆਂ ਦੀ ਮੈਨੂੰ ਨਾ ਪਸੰਦ ਨਹੀਂ ਆਉਂਦੀ ਅਤੇ ਮੈਂ ਕਹਿੰਦੀ ਹਾਂ ਮੈਂ ਖੁਦ ਘਰ ਸਾਫ਼ ਸੁਥਰਾ ਹੋਵੇ ਘਰ ਉਲਟ ਪੁਲਟ ਹੋਇਆ ਸੀ ਮੈਨੂੰ ਤਾਂ ਅਜੀਬ ਹੀ ਲੱਗਦਾ ਸੀ ਅਤੇ ਮਾਸ਼ਾਅੱਲਾ ਇਹ ਵੀ ਹੋ ਗਿਆ ਬਸ ਆਹ ਥੋੜ੍ਹੀ ਜਿਹੀ ਜਗ੍ਹਾ ਰਹਿੰਦੀ ਆ ਅਤੇ ਪਹਿਲਾ ਪੂਰ ਜਿਹੜਾ ਕੱਪੜਿਆਂ ਦਾ ਵਾ ਨਾ ਉਹ ਕੱਢ ਲਿਆ ਵਾ ਅਤੇ ਦੂਸਰਾ ਪੂਰ ਪਾਇਆ ਵਾ ਜੀ ਅੱਜ ਤਾਂ ਨਾ ਸੂਬਾ ਤਕਰੀਬਨ ਅਸੀਂ ਉੱਠੇ ਹਾਂ ਅਤੇ 6 ਵਜੇ ਦੀ ਸ਼ੁਰੂ ਹੋਈ ਆ ਨਾ ਅਤੇ ਹਜੇ ਤੀਕਰ ਕੰਮ ਹਜੇ ਨਹੀਂ ਮੁੱਕਾ ਅਤੇ ਸਾਰੀ ਸਫਾਈ ਜਿਹੜੀ ਆ ਨਾ ਉਹ ਮੈਂ ਉੱਪਰ ਪੋਸ਼ਣ ਦੀ ਕਰ ਲਈ ਆ ਸੀੜੀਆਂ ਦੀ ਵੀ ਕਰ ਲਈ ਆ ਅਤੇ ਕੱਪੜਾ ਨਾ ਹਰ ਚੀਜ਼ 'ਤੇ ਕੱਪੜਾ ਮਾਰ ਦਿੱਤਾ ਜਿਹੜਾ ਚੂਨਾ ਲੱਗਾ ਸੀ ਨਾ ਉਹ ਚੂਨਾ ਕਹਿੰਦੇ ਰੰਗ ਜਿਹੜਾ ਲੱਗਾ ਸੀ ਨਾ ਅਤੇ ਉਹ ਵੀ ਸਾਰਾ ਨਾ ਕੱਪੜਾ ਫੇਰ ਕੇ ਮੇਰੀ ਬੇਟੀ ਨੇ ਅਤੇ ਮੈਂ ਰਲ ਕੇ ਨਾ ਦਰਵਾਜ਼ਿਆਂ 'ਤੇ ਲਾਇਆ ਕੱਪੜਾ
ਤੇ ਹੁਣ ਨਾ ਪਿਆਸ ਲੱਗੀ ਸੀ, ਮੈਂ ਕਿਹਾ ਪਾਣੀ ਪੀਵਾਂਗੀ ਤੇ ਨਾਲ ਨਾ ਥੋੜ੍ਹਾ ਨਾ ਰੈਸਟ ਕਰਦੇ ਹਾਂ, ਥੋੜ੍ਹਾ ਸਾਹ ਲੈ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਨਾ ਦੂਸਰਾ ਚਾਏ ਮੈਂ ਕਿਹਾ ਪੀ ਲੈਂਦੇ ਹਾਂ। ਮੇਰੀ ਬੇਟੀ ਅਤੇ ਮੈਂ ਮਿਲ ਕੇ, ਬਿਲਾਲ ਦਾ ਪਾਪਾ ਅੱਜ ਗਿਆ ਵਾ ਜਨਾਜ਼ੇ 'ਤੇ, ਫੁਦਕੀ ਹੋਈ ਗਿਆ ਉਤਰ ਗਿਆ ਵਾ, ਅਤੇ ਅਸੀਂ ਮੈਂ ਵੀ ਜਾਣਾ ਸੀਗਾ ਲੇਕਿਨ ਬਸ ਆਹ ਖਿਲਾਰਾ ਇੱਦਾਂ ਪਿਆ ਸੀ, ਮੈਂ ਕਿਹਾ ਬਾਰਿਸ਼ ਤਾਂ ਪਤਾ ਕੋਈ ਨਹੀਂ ਅਤੇ ਜਲਦੀ ਜਲਦੀ ਨਾ ਕੰਮ ਕਰ ਲਵਾਂ ਜੀ। ਇਹਦੇ ਵਿੱਚ ਨਾ ਸਾਰਾ ਸਮਾਨ ਮੈਂ ਕੱਢ ਕੇ ਨਾ ਅਤੇ ਦੁਬਾਰਾ ਫਿਰ ਸਾਰੀ ਇੱਧਰ ਦੀ ਵੀ ਸਫਾਈ ਕਰਕੇ, ਛੋਟੇ ਛੋਟੇ ਜਾਲੇ ਲੱਗੇ ਸੀ ਉਹ ਵੀ ਲਾ ਕੇ, ਅਤੇ ਇੱਥੇ ਨਾ ਉਹਨਾਂ ਨੇ ਰੰਗ ਨਹੀਂ ਕੀਤਾ, ਛੱਡ ਦਿੱਤਾ ਸੀ ਇਹ ਜਗ੍ਹਾ ਨਾ ਛੱਡੀ ਹੋਈ ਆ। ਆਉਣਗੇ ਨਾ ਦੂਸਰਾ, ਅੱਜ ਤਾਂ ਜੁਮਾ ਵਾ, ਕੱਲ੍ਹ ਨੂੰ ਆਉਣਗੇ ਨਾ ਅੱਲਾ ਖੈਰ ਰੱਖੇ, ਅਤੇ ਫਿਰ ਨਾ ਦੂਸਰਾ ਇਹਨਾਂ ਨੂੰ ਭਾਈ ਹੋਰਾਂ ਨੂੰ ਕਹੂੰਗੀ ਵੀ ਇਹ ਜਿਹੜੀ ਜਗ੍ਹਾ ਵਾ ਨਾ ਇਹ ਵੀ ਰੰਗ ਕਰ ਦਿਓ, ਅਤੇ ਇਹ ਸਾਰੀਆਂ ਚੀਜ਼ਾਂ ਨਾ ਮੈਂ ਦੁਬਾਰਾ ਸਾਫ਼ ਕਰਕੇ ਨਾ, ਅਤੇ ਇਹ ਵੀ ਇੱਧਰ ਦੀ ਵੀ ਸਫਾਈ ਹੋ ਗਈ। ਹੁਣ ਨਾ ਮੈਂ ਦਰਵਾਜ਼ੇ ਖੁੱਲ੍ਹੇ ਛੱਡੇ, ਮੈਂ ਕਿਹਾ ਥੋੜ੍ਹੀ ਹਵਾ ਫਿਰ ਜਾਵੇ। ਆਹ ਦੇਖੋ ਕਿਸ ਤਰ੍ਹਾਂ ਨਾ ਬਾਰਿਸ਼ ਨੇ ਕੰਮ ਖਰਾਬ ਕੀਤਾ ਵਾ, ਸਾਰੀ ਦੀਵਾਰ ਸਾਡੀ ਨਾ ਇਸ ਤਰ੍ਹਾਂ ਗਿੱਲੀ ਹੋਈ ਆ, ਇੱਧਰੋਂ ਹੀ ਹੋਈ ਆ, ਇੱਧਰੋਂ ਸਹੀ ਆ ਬਿਲਕੁਲ, ਇੱਧਰ ਕੁਛ ਵੀ ਨਹੀਂ ਹੋਇਆ ਸ਼ੁਕਰ ਆ, ਇੱਧਰ ਦੀਵਾਰ ਬਹੁਤ ਜ਼ਿਆਦਾ ਖਰਾਬ ਹੋਈ ਆ। ਅਤੇ ਮਾਸ਼ਾਅੱਲਾ ਇੱਧਰ ਕੱਪੜੇ ਜਿਹੜੇ ਆ ਨਾ ਦੋ ਪੂਰ ਧੋ ਲਏ ਆ, ਤੀਸਰਾ ਪੂਰ ਜਿਹੜਾ ਵਾ ਨਾ ਉਹ ਅਸੀਂ ਦੂਸਰਾ ਕੱਢ ਕੇ ਨਾ ਉਹ ਬਾਲਟੀ ਦੇ ਵਿੱਚ ਆ, ਅਤੇ ਬੇਟੀ ਮੇਰੀ ਨਾ ਥੱਲੇ ਗਈ ਆ ਨੀਚੇ, ਅਤੇ ਹਜੇ ਇੰਨੇ ਕੱਪੜੇ ਨਾ ਹਜੇ ਸਾਡੇ ਪਏ ਆ, ਅਤੇ ਬੱਦਲ ਜਿਹੜੇ ਆ ਨਾ ਹਜੇ ਵੀ ਹੈਗੇ ਆ, ਅਤੇ ਬਾਰਿਸ਼ ਆਏਗੀ ਦੇਖੋ, ਕਾਲੀ ਸ਼ਾ ਬੱਦਲ ਆ, ਅਤੇ ਦੋ ਦਿਨ ਕਹਿੰਦੇ ਹਜੇ ਬਾਰਿਸ਼ ਨਾ ਹੋਰ ਦੱਸੀ ਆ, ਅੱਲਾ ਖੈਰ ਕਰੇ, ਅੱਲਾ ਕਰੇ ਹੁਣ ਤਾਂ ਨਾ ਹੀ ਆਵੇ ਬਾਰਿਸ਼। ਅਤੇ ਇੱਧਰ ਨਾ ਜਿਹੜੇ ਬਿਸਤਰੇ ਸੀ ਨਾ ਉਹ ਵੀ ਮੈਂ ਦੂਸਰਾ ਇੱਧਰ ਸੁੱਕਣੇ ਸਾਰੇ ਪਏ ਆ, ਮੈਂ ਕਿਹਾ ਥੋੜ੍ਹੀ ਨਾ ਹਵਾ ਫਿਰ ਜਾਏਗੀ ਇਹਨਾਂ ਨੂੰ ਸਾਰੇ ਚੀਜ਼ਾਂ ਨੂੰ। ਲੈ ਕੋਲੀ ਜਲਦੀ ਕਰ, ਇਸੇ ਵੀਡੀਓ ਦਾ ਮੈਂ ਇੱਥੇ ਐਂਡ ਕਰਾਂਗੀ, ਇਸੇ ਦੇ ਨਾਲ ਆਪਣੀ ਭੈਣ ਨੂੰ ਦੇ ਇਜਾਜ਼ਤ, ਅੱਲਾ ਹਾਫਿਜ਼।